ਸਸੀ ਗਾਲ ਵੀਰੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਘਰ ਪਰਿਵਾਰ ਸਿੱਤਾ ਕੈਮਾ ਸਾਰੇ ਜਰ ਵੀਰ ਠੀਕ ਠਾਕ کافی ਦਿਨ ਹੋ ਗਏ ਯਾਰ ਲਾਈਵ ਨਹੀਂ ਹੋਇਆ ਗਿਆ ਬਸ ਕੰਮਾਂ ਕਰਾਂ ਚ ਉਲਝੇਵੇਂ ਜ਼ਿੰਦਗੀ ਦੇ ਥੋੜੇ ਜਿਹਾ ਵਧੇ ਪਏ ਆ ਇਸੇ ਕਰਕੇ ਧਿਆਨ ਦਿੱਤਾ ਕਿ ਇਧਰ ਆਈ ਥੋੜੇ ਜਿਹੀ ਫ੍ਰੀ ਸੀ ਲਾਸਟ ਐਨਵਰਸਰੀ ਮੈਂ 10 ਮਿੰਟ ਲੜੀ ਗਿਆ ਭਰਾਵਾਂ ਨਾਲ। ਵਾਸਤੇ ਵੀਰ ਫੋਨ ਕਰਦੇ ਰਹਿੰਦੇ ਆ। ਬਹੁਤ ਭਰਾਵਾਂ ਦੇ ਫੋਨ ਹੁੰਦੇ ਆ। ਬਹੁਤ ਪਿਆਰ ਮਿਲਦਾ। ਐਨਾ ਸੋਚਿਆ ਵੀ ਨਹੀਂ ਸੀ। ਕਿਉਂ ਦਾ ਪੱਤਰ ਨਾ ਚਨਾ 13 ਜਮਾ 28 ਸਪੇਰਾਂ ਜੋ ਫਿਰ ਵੀ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਯਾਰ। ਤੇ ਕਈ ਵੀਰ ਬੋਹਂਦੇਰ ਸਿਆਲ ਚ ਕਿਵੇਂ ਕਰੀਏ ਕੀ ਕਰੀਏ ਬੇਟੇ ਆਪਾਂ ਹੈ ਤਾਂ ਨਹੀਂ ਪਰ ਜਿੰਨੇ ਕਿ ਝੁਕਰੇ ਹੈਗੇ ਆ ਵੀਰਾਂ ਨੂੰ 10 20 ਦੀ ਦ ਪਰ ਫੋਨ ਤੇ ਦੋ ਕਰ ਲੈਣਗੇ ਚਾਹਤ ਕਰ ਲੈਣਗੇ 10 ਕਰ ਲੈਣਗੇ ਯਾਰ ਸਿਆਲ ਜੀ ਚੰਗੀ ਖਰਾਕ ਪਾਓ ਜਿੰਨੇ ਘਰ ਆਪਣਾ ਜੇਬ ਪਰ ਚੱਲਦੀ ਹੈ ਛੋਲੇ ਸਰੋਂ ਮਗਜ ਸੌਰੀ ਮਗਜ ਨਹੀਂ ਸਰੋਂ ਛੋਲੇ ਹੋਰ ਮੱਕੀ ਚੰਗੀਆਂ-ਚੰਗੀਆਂ ਦਾਲਾਂ ਜਿਹੜੇ ਪ੍ਰੋਟੀਨ ਉਤੇ ਸਾਰਾ ਹੈਗਾ ਚੰਗੀ ਖਰਾਕ ਜੀ ਮੁੱਪ ਕੇ ਲੈਣੀਆਂ ਨਾਲ ਯਾਰ ਪਹਿਲਾਂ ਪਾ ਦਿੰਦੇ ਸੀ ਮੱਖਣੀ ਪਰ ਐਤ ਕੀ ਮੈਨੂੰ ਮੱਖਣੀ ਨਾਲੋਂ ਦੁੱਧ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਛਾਉ ਨੂੰ ਵੀ ਤੋ 25 ਮਤਲਬ ਦੁੱਧ ਦੇ ਦੇ ਕਰੋ 25 ਦੇ ਦੋ 20 ਦੇ ਦਿਓ ਉਠਾ ਨੂੰ ਬਹੁਤ ਹੈਲਦੀ ਰਹੇ ਯਾਰ ਬਹੁਤ ਵਧੀਆ ਰਿਜ਼ਲਟ ਲੱਗਿਆ ਤੇ ਸਾਡੇ ਪੂਤਲਿਆਂ ਵਰਗੇ ਬੈਗ ਕੋੜਿਆ ਵਰਗੇ ਜਿਹਨੂੰ ਸਟਰੋਂਗ ਕਰਨੇ ਆਪਾਂ ਗਾ ਕੀ ਕਰਨਾ ਉਹ ਪਰਮਾਤਮਾ ਦੇ ਹੱਥ ਆ ਉਹ ਵਾਲਾ ਸਮਾ ਸੁਪਰ ਪੱਠਿਆਂ ਕਸੇ ਪਏ ਹੈ ਤਾਂ ਮੇਰੇ ਕੋਲੇ ਪੰਜ ਸੀ 6 ਕ ਪੱਠੇ ਦੀ ਦੁਕਾਨ ਤੋਂ ਟਾਈਮ ਲੱਗਾ 16 17 ਬੱਚੇ ਛੋਟੇ ਆ ਹੁਣ ਅੱਡੇ ਲਾਉਣੇ ਆ ਕੁਝ ਵੱਡੇ ਹੋ ਗਏ ਬਸ ਉਹ ਕਰੀਮਦਾਰੀ ਥੋੜੀ ਜੀ ਵਧੀ ਪਈ ਆ ਨਹੀਂ ਸੁੱਤੋ ਤਾਂ ਪਰ ਯਾਰਟ ਬਹੁਤ ਵਧੀ ਦੁੱਧ ਹੈ ਰ ਦੁੱਧ ਛਾਲ ਨੂੰ ਨਲਕੀ ਦਿਓ ਛਾਲ ਨੂੰ ਨਲਕੀ ਨਲਕੀ ਦੁੱਧ ਦੀ ਜਰੂਰਤ ਹੈ ਕਰੋ ਕੋਈ ਗੱਲ ਆ ਉਹ ਸੋਣਾ ਰਿਹਾ ਤਾਂ ਬੱਚਾ ਦੇ ਬੋਡੀ ਲੈਂਗੁਏਜ ਤੋਂ ਲੱਗ ਦੱਸਦਾ ਵੀ ਫੱਟਾ ਉਹ ਫੱਟ ਗਿਆ ਨੇ ਆ ਤੇ ਆਪਣਾ ਮੁੰਡਾ ਜਮ ਮ ਜਾਂਦਾ ਚੰਗੀ ਖਰਾਕ ਖਾਂਦਾ ਨਸ਼ੇ ਪਤੇ ਵਜਾ ਦਾ ਫੱਟ ਹੁੰਦਾ ਚੋ ਮੱਖਣੀ ਵੀ ਬਣਦੀ ਦੁੱਧ ਚੀ ਹੈ ਦੁੱਧ ਚੋ ਹੀ ਆ ਦੁੱਧ ਬੜੀ ਵੇਲੇ ਸੀ ਲੱਕੀ ਮੈਨੂੰ ਦੇ ਸੇਰ ਕਰਕੇ ਅੱਜ ਮੈਂ ਇਸ ਵਿਸ਼ੇ ਤੇ ਲਾਈਵ ਹੋ ਜੀ ਅਰ ਚਾਰ ਭਰਾਵਾਂ ਦਾ ਕਿਸੇ ਦਾ ਫਾਇਦਾ ਹੋ ਜੇ ਹੋਰ ਸੁਣੋ ਕੀ ਹਾਲ ਚਾਲ ਆ ਤੇ ਕੀ ਐਂਟਰੀਆਂ ਵੀ ਨਹੀਂ ਕਰਾਂ ਜਿਆ ਭਰਾ ਆਪਾਂ ਤਾਂ ਦੋ ਹੀ ਐਂਟਰੀਆਂ ਮਾਨ ਬਖਸ਼ਾ ਵੀਰ ਨੇ ਇੱਕ ਗਿੰਦੂ ਖਟੜਾ ਤੇ ਬਾਈ ਰਾਜ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੋਵਾਂ ਨੇ ਜਿੰਨੇ ਜੁਗਰੇ ਹੈ ਨਹੀਂ ਉਸ ਤੋਂ ਵੱਧ ਮਾਨ ਸਰ ਮਨ ਕਰਨਾ ਬਾਈ ਗਿੰਦੂ ਖਟੜਾ ਤੇ ਖੜੇ ਪਿੰਡ ਬਾਜੀ ਇਹ ਮੋਟਰਸਾਈਕਲ ਵਾਲੀ ਤੇ ਬਾਈ ਰਾਜ ਆਸਟ੍ਰੇਲੀਆ ਦੇ ਨਜੀਬ ਦੇ ਨੀਆ 7500 ਰੁਪਏ ਐਂਟਰੀ ਬਸ ਦੋ ਐਂਟਰੀਆਂ ਕونکی ਵਰ ਜਿੰਦਗੀ ਦੇ ਰਜੇਵੇ ਇੰਨੇ ਹੋਗੇ ਕਬੀਲਦਾਰੀਆਂ ਜਿਹਨੂੰ ਕਹਦੀਏ ਵਾਲੀਆਂ ਵਧ ਗਿਆ ਪਰ ਬੋਪਾਵਾਂ ਕੋਲੇ ਜ਼ਰੂਰ ਪਹੁੰਚਾਂਗੇ ਬਾਕੀ ਜਿਹੜੀਆਂ ਚਾਰ ਖੁੱਲੀਆਂ ਉਹ ਹੀ ਛੱਡ ਲਾਂਗੇ ਵਰ ਕੁਛ ਵੀ ਹੋਰ ਜਿਹੜੀ ਖਰਾਕ ਦੇਣੀ ਨਹੀਂ ਦੇਣੀ ਹੈ ਦੁੱਧ ਜ਼ਰੂਰ ਦਿਓ ਯਾਰ ਗਾਂ ਦਾ ਮੱਧਾ ਜੋ ਮਰਜ਼ੀ ਦਿਓ ਸਾਹ ਨੂੰ ਜ਼ਰੂਰ ਤਿਆਰ ਕਰ ਯਾਰ ਬਰੇਜ਼ਾ ਉਹਨਾਂ ਪਰਮਾਤਮਾ ਬਹੁਤ ਸੋਹਣੀ ਸੁਣਵਾ ਜੇ ਦੇ ਪ੍ਰਵਾਤ ਲੈਣਗੇ ਉਹ ਠੀਕ ਉਪਰਾ ਠੀਕ ਹੈ ਵੀਰੋ ਪਰਮਾਤਮਾ ਨੇ ਥੋੜੇ ਅਰਜੇ ਮੈਚੋ ਕੜਤਾ ਉਹ ਸੌਕੇ ਹੋਗੇ ਫੇਰ ਹੋ ਸਕਦਾ ਹਰ ਐਤਵਾਰੀ ਬਿੜਾਈ ਰੀ ਸਾਲ ਦੋਸਾ ਪੀੜਾਂ ਆਉਦੀ ਰਹਿਣੀਆਂ ਨਿਕਲ ਜੂਗੀ ਇਹ ਵੀ